ਤਲੀ ਗੱਲ ਤੇ ਇਹ ਸੀ ਕਿ ਲਾਲ ਟੋਪੀਆਂ ਵਾਲਿਆਂ ਦੇ ਹੱਥਾਂ ਦੇ ਵਿੱਚ ਪੈਸੇ ਦੇ ਦੇਣੇ ਮੈਂ ਨਹੀਂ ਸਮਝਦੀ ਕੋਈ ਇਮਾਨਦਾਰੀ ਦਾ ਕੰਮ ਸੀ ਬਗੀਲ ਸਿੰਘ ਦੀਆਂ ਭੈਣਾਂ ਦੀ ਜ਼ਿੰਦਗੀ ਖਰਾਬ ਹੋਣ ਦੇ ਪਿੱਛੇ ਜਿਹੜੀ ਦਮਦਮੇ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਜੀ ਸਾਡੇ ਲਈ ਬੜੇ ਆਦਰਯੋਗ ਨੇ ਤੇ ਕਿ ਉਹਨਾਂ ਦਾ ਹੱਥ ਹਰ ਇਹਦੀਆਂ ਭੈਣਾਂ ਤੀਸਰੇ-ਤੀਸਰੇ ਥਾਂ ਬੈਠੀਆਂ ਆ ਉਹਦੇ ਵਿੱਚ ਬਾਬਾ ਜੀ ਹਰਨਾਮ ਸਿੰਘ ਜੀ ਹੋਣਾ ਦਾ ਤੇ ਬਗੀਲ ਸਿੰਘ ਦਾ ਹੱਥ ਆ ਮੈਂ ਇਹ ਪੁੱਛਣਾ ਚਾਹਨੀ ਆ ਕਿ ਬਾਬਾ ਜੀ ਅਸੀਂ ਤੇ ਇਸ ਬੰਦੇ ਨੂੰ ਜਵਾਬ ਦਵਾਂਗੇ ਦਵਾਂਗੇ ਤੁਸੀਂ ਇਸ ਬੰਦੇ ਨੂੰ ਕੀ ਜਵਾਬ ਦਿੰਦੇ ਹੋ ਇਹਨੇ ਐਡਾ ਵੱਡਾ ਇਲਜ਼ਾਮ ਐਡਾ ਵੱਡਾ ਲਾਸ਼ਨ ਤੁਹਾਡੇ ਤੇ ਲਾਇਆ ਹੈ ਜਦ ਕਿ ਅਸੀਂ ਦੋਵੇਂ ਭੈਣਾਂ ਕਦੀ ਬਾਬਾ ਜੀ ਨੂੰ ਮਿਲੀਆਂ ਨਹੀਂ ਸਾਡਾ ਦੂਰ ਦੂਰ ਤੱਕ ਦਾ ਵੀ ਉਹਨਾਂ ਦੇ ਨਾਲ ਕੋਈ ਵਾਸਤਾ ਨਹੀਂ ਹੈ ਮੇਰੀ ਛੋਟੀ ਸਿਸਟਰ ਦਾ ਡਿਵੋਰਸ ਹੋਇਆ ਜਦੋਂ ਬੱਚਿਆਂ ਨੂੰ ਜਾਦਾ ਪੜਾ ਲਿਖਾ ਦਈਏ ਤੇ ਗਧਿਆਂ ਦੇ ਹੱਥ ਦੇ ਦੀਏ ਨਾ ਧੀਆਂ ਦੀ ਜ਼ਿੰਦਗੀ ਤੇ ਫਿਰ ਧੀਆਂ ਦੀ ਜ਼ਿੰਦਗੀ ਨਰਕ ਕੋਈ ਜਾਂਦੀ ਹੈ ਅਗਰ ਤੁਸੀਂ ਐਡੇ ਹੀ ਬਹਾਦਰ ਹੋ ਐਡੇ ਹੀ ਸੂਰਮੇ ਹੋ ਤੇ ਆਪਣੀ ਲੜਾਈ ਨੂੰ ਆਪ ਲੜੋ ਸੋਸ਼ਲ ਮੀਡੀਆ ਤੇ ਕਾਦਾ ਲੜਨਾ ਇੱਕ ਦੂਸਰੇ ਦੇ ਸਾਹਮਣੇ ਜਾਓ ਇੱਕ ਦੂਸਰੇ ਨੂੰ ਗੋਲੀ ਮਾਰ ਦਿਓ ਇੱਕ ਦੂਸਰੇ ਦੇ ਸਾਹਮਣੇ ਜਾਓ ਇੱਕ ਦੂਸਰੇ ਦਾ ਸਿਰ ਪਾੜ ਦਿਓ ਤੁਸੀਂ ਜਾਣਦੇ ਸਭ ਤੋਂ ਪਹਿਲਾਂ ਦੋਸਤ ਪ੍ਰਪਤੀ ਸਿੰਘ ਨੂੰ ਕਿਤੇ ਪਿੰਡ ਲੈਵਲ ਤੇ ਨਹੀਂ ਜੀ ਮੈਂ ਸ ਕੁੱਤੇ ਨੂੰ ਨਹੀਂ ਜਾਣਦੀ ਇਹ ਕੁੱਤਾ ਕੌਣ ਹੈ ਇਹ ਕੌਣ ਇੱਕ ਨਵਾਂ ਕੁੱਤਾ ਪਹੁੰਚਿਆ ਹਾਂਜੀ ਇਹ ਗੱਲ ਬਿਲਕੁਲ ਸੱਚ ਆ ਕਿ ਉਹ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਦੀ ਫੈਮਲੀ ਤੱਕ ਜਾਓ ਇਹਦੀਆਂ ਭੈਣਾਂ ਇਹਦੀ ਮਾਂ ਇਹਦੀ ਬੇਟੀ ਇਹਦੀ ਵਾਈਫ ਦੇ ਕੈਰੈਕਟਰ ਤੱਕ ਜਾਓ ਤੇ ਇਹ ਬੰਦਾ ਚੁੱਪ ਕਰ ਜਾਏਗਾ ਪਰ ਉਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਹੈਗਾ ਡਾਕਿਵਿਨੈਰੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਿਸ਼ਪਾਲ ਸਿੰਘ ਅਸੀਂ ਨਿਤ ਨਵੇਂ ਖਲਾਸੇ ਰੱਖ ਕੇ ਆਪ ਦੀ ਕਚਹਿਰੀ ਚ ਹਾਜ਼ਰ ਹੁੰਦੇ ਹੀ ਰਹਿੰਦੇ ਆ ਬਗੇਲ ਸਿੰਘ ਬਗੇਲ ਸਿੰਘ ਬਗੇਲ ਸਿੰਘ ਸੋਸ਼ਲ ਮੀਡੀਆ ਤੇ ਹਰ ਪਾਸੇ ਬਗੇਲ ਸਿੰਘ ਬਗੇਲ ਸਿੰਘ ਹੋਈ ਪਈ ਹੈ ਉਸ ਦੀ وجہ ਕੀ ਹੈ ਉਸ ਦੀ وجہ ਸਿਰਫ ਇਹ ਕੀ ਹੈ ਕਿ ਬਗੇਲ ਸਿੰਘ ਨੇ ਪੀਪੀ ਗੋਲਡੀ ਪੀਪੀ ਪਨੀਤਰ ਕੁਝ ਹੋਰ ਸਮਾਜ ਸੇਵੀਆਂ ਕੋਲੋਂ ਸੇਵਾ ਦੇ ਹਿਸਾਬ ਕੀ ਪੁੱਛ ਲਏ ਤੇ ਲੋਕ ਹੱਥ ਤੋ ਕਿ ਬਗੇਲ ਸਿੰਘ ਦੇ ਪਿੱਛੇ ਪੈ ਗਏ ਠੀਕ ਹੈ ਅਸੀਂ ਮੰਨ ਲਏ ਕਿ ਹਰ ਇੱਕ ਸਮਾਜ ਸੇਵੀ ਦੇ ਸਮਰਥਕ ਵੀ ਹੁੰਦੇ ਨੇ ਉਹਨੂੰ ਚਾਹਣ ਵਾਲੇ ਵੀ ਹੁੰਦੇ ਨੇ ਉਹਦੇ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਉਹਦੇ ਕੰਮਾਂ ਧੰਦਿਆਂ ਦੇ ਵਿੱਚ ਸ਼ਾਮਲ ਜਿਹੜੇ ਲੋਕ ਨੇ ਉਹ ਵੀ ਹੁੰਦੇ ਨੇ ਤੋ ਐਸੇ ਹੀ ਇੱਕ ਵੀਰ ਨੇ ਪ੍ਰਪਰੀ ਸਿੰਘ ਸਿੱਧੂ ਜਿਨ੍ਹਾਂ ਦਾ ਸੋਸ਼ਲ ਮੀਡੀਆ ਤੇ ਬਗੇਲ ਸਿੰਘ ਤੇ ਨੁਕਤਾ ਚਿੰਨੀ ਕਰਨਾ ਬਗੇਲ ਸਿੰਘ ਨੂੰ ਸਵਾਲ ਕਰਨਾ ਜਿਵੇਂ ਬਗੇਲ ਸਿੰਘ ਪੀਪੀ ਗੋਲਡੀ ਨੂੰ ਕਰਦਾ ਹੈ ਪੀਪੀ ਪੋਨੀਤ ਨੂੰ ਕਰਦਾ ਸੋ ਇਸੇ ਹੀ ਤਰ੍ਹਾਂ ਦੇ ਜਿਹੜੇ ਕਾਫੀ ਸਵਾਲ ਨੇ ਉਹ ਸਵਾਲ ਪੁੱਛੇ ਜਾ ਰਹੇ ਨੇ ਬਗੇਲ ਸਿੰਘ ਨੂੰ ਕੀ ਨੇ ਉਹ ਸਵਾਲ ਕੀ ਨੇ ਉਹਨਾਂ ਦੇ ਜਵਾਬ ਉਹ ਅਸੀਂ ਜਾਣਾਂਗੇ ਬਗੇਲ ਸਿੰਘ ਦੀ ਸਿਸਟਰ ਸਾਡੇ ਨਾਲ ਨੇ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਜੀ ਆਪ ਜੀ ਦਾ ਸਵਾਗਤ ਹੈ ਦਾ ਟੀਵੀ ਨਾਲ ਬਹੁਤ ਬਹੁਤ ਧੰਨਵਾਦ ਬਾਜੀ ਬਗੇਲ ਸਿੰਘ ਦੇ ਬਾਰੇ ਅਸੀਂ ਸਭ ਤੋਂ ਪਹਿਲਾਂ ਇੱਕ ਭੈਣ ਦੇ ਕੋਲੋਂ ਪੁੱਛੀ ਕਿ ਕਿਉਂਕਿ ਇੱਕ ਭੈਣ ਨੂੰ ਆਪਣੇ ਵੀਰ ਤੋਂ ਵੱਧ ਕੇ ਇੱਕ ਭੈਣ ਨੂੰ ਕੁਝ ਪਤਾ ਨਹੀਂ ਹੁੰਦਾ ਹੋਰ ਕੋਈ ਜੋ ਮਰਜ਼ੀ ਕਹੇ ਬਗੇਲ ਸਿੰਘ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਬਗੇਲ ਸਿੰਘ ਜੋ ਪਿਛਲੇ ਦਿਨਾਂ ਕੁ ਸਮੇਂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਹੋਏ ਉਹਦਾ ਕਾਰਨ ਕੀ ਵਜ੍ਹਾ ਕੀ ਵਜ੍ਹਾ ਉਹਦੀ ਇਹ ਰਹੀ ਜੀ ਦੇਖੋ ਸਾਰੇ ਤਕਰੀਬਨ ਤਕਰੀਬਨ ਸਾਡੇ ਸਾਰੇ ਭੈਣ ਭਰਾ ਜਿਹੜੇ ਬਾਹਰ ਹੀ ਨੇ ਬੱਚੇ ਉੱਥੇ ਮਿਹਨਤ ਕਰਦੇ ਆ ਹਫਤੇ ਬਾਅਦ ਉਹਨਾਂ ਨੇ ਕਿਸੇ ਨੇ 100 ਡਾਲਰ ਕਿਸੇ ਨੇ 50 ਡਾਲਰ ਜਿਹੜਾ ਕੋਈ ਦਸਵੰਦ ਆਪਣਾ ਕੱਢਿਆ ਗਰੀਬਾਂ ਲੋਕਾਂ ਦੀ ਸੇਵਾ ਵਾਸਤੇ ਉਹ ਇੰਡੀਆ ਭੇਜਦੇ ਰਹੇ ਇੰਡੀਆ ਭੇਜਦੇ ਰਹੇ ਗੋਲਡੀ ਪੀਪੀ ਗੋਲਡੀ ਔਰ ਪੀਪੀ ਪੁਨੀਤ ਪਹਿਲੀ ਗੱਲ ਤੇ ਇਹ ਸੀ ਕਿ ਲਾਲ ਟੋਪੀਆਂ ਵਾਲਿਆਂ ਦੇ ਹੱਥਾਂ ਦੇ ਵਿੱਚ ਪੈਸੇ ਦੇ ਦੇਣੇ ਮੈਂ ਨਹੀਂ ਸਮਝਦੀ ਕੋਈ ਇਮਾਨਦਾਰੀ ਦਾ ਕੰਮ ਸੀ ਚਲੋ ਫੇਰ ਵੀ ਉਹਨਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਉੱਥੋਂ ਪੈਸੇ ਆਉਂਦੇ ਰਹੇ ਇਹ ਕਿੱਥੇ ਖਰਚ ਕਰਦੇ ਰਹੇ ਆਪਣੀ ਐਸ਼ 'ਚ ਖਰਚ ਕਰਦੇ ਰਹੇ ਗੱਡੀਆਂ ਤੇ ਖਰਚ ਕਰਦੇ ਰਹੇ ਉਹਨਾਂ ਨੂੰ ਕੋਈ ਹਿਸਾਬ ਨਹੀਂ ਮਿਲਿਆ ਇਸ ਚੀਜ਼ ਤੋਂ ਉਹ ਜਿਹੜੀ ਗੱਲ ਉੱਠੀ ਕਿ ਹਿਸਾਬ ਦੇਣ ਜਿਨ੍ਹਾਂ ਦੇ ਘਰਾਂ ਵਾਸਤੇ ਪੈਸੇ ਭੇਜੇ ਗਏ ਸੀਗੇ ਉਹਨਾਂ ਦੇ ਘਰ ਨਹੀਂ ਬਣੇ ਔਰ 10-10 ਕਿਲੋ ਦਾ ਆਟੇ ਦੀ ਬੋਰੀ ਦੇ ਕੇ ਤੇ ਚਾਰ-ਚਾਰ ਵਾਰ ਫੋਟੋ ਖਿਚਵਾਣੀਆਂ ਇੱਥੋਂ ਹੀ ਇਹ ਸਾਰਾ ਕੁਝ ਸ਼ੁਰੂ ਹੋਇਆ ਜਿਹੜਾ ਬਾਅਦ ਵਿੱਚ ਕਾਫੀ ਹੱਦ ਤੱਕ ਕਾਫੀ ਮਤਲਬ ਉੱਚੇ ਪੱਧਰ ਤੇ ਜਿਹੜੀ ਲੜਾਈ ਜਿਹੜੀ ਉਹ ਇਹਨਾਂ ਦੀ ਚੱਲੇਗੀ ਰਾਜੇਂਦਰ ਜੀ ਬਗੇਲ ਸਿੰਘ ਹੋਣਾ ਨੂੰ ਇਹ ਮਾਮਲਾ ਕਿਉਂ ਚੁੱਕਣਾ ਪਿਆ ਬਗੇਲ ਸਿੰਘ ਤੋਂ ਇਲਾਵਾ ਹਜ਼ਾਰਾਂ ਹੀ ਦਾਨੀ ਨੇ ਲੱਖਾਂ ਦਾਨੀ ਜਿਹੜੇ ਵਿਦੇਸ਼ਾਂ ਚ ਦਾਨ ਭੇਜਦੇ ਨੇ ਪਹਿਲੀ ਤੇ ਗੱਲ ਹੈ ਕਿ ਪੀਪੀ 골ਡੀ ਨੂੰ ਕੀ ਬਗੇਲ ਸਿੰਘ ਨੇ ਕੋ ਪੈਸਾ ਭੇਜਿਆ ਬਗੇਲ ਸਿੰਘ ਨੇ ਕੋ দান ਲਗਾਤਾਰ ਭੇਜਿਆ ਬਗੇਲ ਸਿੰਘ ਕਿਹੜੀ ਗੱਲੋਂ ਪੀਪੀ 골ਡੀਰ ਪੀਪੀ ਪੁਨੀਤ ਦੇ ਮਗਰੋਂ ਤੋਂ ਲਾਵਾ ਸਮਾਜ ਸੇ ਵੀ ਜਿਹੜੇ ਬਾਕੀ ਨੇ ਉਹਨਾਂ ਕੋਲੋਂ ਹਿਸਾਬ ਮੰਗਦੇ ਨੇ ਕਿ ਸੱਕ ਦੇ ਨਾਲ ਉਹ ਕੱਲੇ ਪੀਪੀ 골ਡੀ ਤੇ ਪੀਪੀ ਪੁਨੀਤ ਨੂੰ ਪੈਸੇ ਨਹੀਂ ਭੇਜਦੇ ਪਿੰਡ ਵੀ ਕਾਫੀ ਸਾਰਾ ਪੈਸਾ ਆਂਦਾ ਆ ਜਿਹਦੇ ਵਿੱਚ ਕੁੜੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਆ ਔਰ ਅੱਖਾਂ ਦੇ ਆਪਰੇਸ਼ਨ ਕਰਵਾਏ ਜਾਂਦੇ ਆ ਸਾਲ ਬਾਦ ਕੈਂਪ ਲੱਗਦਾ ਆ ਔਰ ਹਰ ਇੱਕ ਗਰੀਬ ਗੁਰਬੇ ਦੀ ਹੈਲਪ ਕੀਤੀ ਜਾਂਦੀ ਹੈ ਜੀ ਪਰ ਮੈਂ ਰਾਚੀ ਫਿਰ ਸਵਾਲ ਮੈਂ ਪੁੱਛਿਆ ਹੈ ਕਿ ਹੋਰ ਵੀ ਦੁਨੀਆ ਸੇਵਾ ਭੇਜ ਰੇ ਪੈਸਾ ਭੇਜ ਰਹੀ ਹੈ ਆਪਾਂ ਕਿਸ ਤਰੀਕੇ ਨਾਲ ਹੁਣ ਅਸੀਂ ਤੁਹਾਨੂੰ ਕਹਿੰਨੇ ਆ ਕਿ ਤੁਸੀਂ ਕੋਈ ਐਵੀਡੈਂਸ ਦੋ ਕਿ ਉਹਨਾਂ ਨੇ ਬਗੇਲ ਸਿੰਘ ਬਗੇਲ ਸਿੰਘ ਉਹਨਾਂ ਨੇ ਪੀਪੀ 골ਡੀ ਨੂੰ ਪੀਪੀ ਪਨੀਤ ਨੂੰ ਬਾਕੀ ਸਮਾਜ ਸੇਵੀਆਂ ਨੂੰ ਪੈਸੇ ਭੇਜੇ ਨੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਉਹ ਐਵੀਡੈਂਸ ਦੇ ਆਧਾਰ ਤੇ ਹੀ ਗੱਲ ਕਰ ਰਿਹਾ ਆ ਬਗੇਲ ਸਿੰਘ ਅਗਰ ਕਰ ਰਿਹਾ ਹੈ ਤੇ ਉਹਨੂੰ ਹਿਸਾਬ ਦੇਣ ਤੇ ਆਪੇ ਸਾਰਾ ਕੁਝ ਕਲੀਅਰ ਹੋ ਜਾਏਗਾ ਕਿਉਂਕਿ ਸਾਰੇ ਬੱਚੇ ਪੈਸੇ ਭੇਜ ਦੇ ਰਹੇ ਆ ਔਰ ਹਿਸਾਬ ਤੇ ਸਾਰੇ ਮੰਗ ਰਹੇ ਆ ਕੋਈ ਇਕੱਲਾ ਬਗੇਲ ਸਿੰਘ ਨਹੀਂ ਮੰਗ ਰਿਆ ਜੀ ਪਰ ਸਵਾਲ ਫੇਰ ਉਹੀ ਹੈ ਕਿ ਬਗੇਲ ਸਿੰਘ ਤਾਂ ਪੀਪੀ ਪਨੀਤ ਕੋਲੋਂ ਪੀਪੀ 골ਡੀ ਕੋਲੋਂ ਹਿਸਾਬ ਮੰਗ ਸਕਦਾ ਹੈ ਤੇ ਜੇਕਰ ਅਸੀਂ মিডিਆ ਕਹਿ ਰਿਹਾ ਕਿ ਬਗੇਲ ਸਿੰਘ ਜੀ ਤੁਸੀਂ ਆਵਾਜ਼ ਚੱਕੀ ਹੈ ਠੀਕ ਹੈ ਚੱਕੀ ਹੈ ਜਿਹੜਾ ਤੁਸੀਂ ਦਾਨ ਕੀਤਾ ਆਪਣੇ ਦਾਨ ਦੀ ਲਿਸਟ ਜਿਹੜੀ ਹੈ ਉਹ ਤੇ ਪਬਲਿਕ 'ਚ ਨਸ਼ਰ ਕਰੋ ਉਹ ਤੇ ਸਾਨੂੰ ਦੱਸੋ ਤਾਂ ਕਿ ਅਸੀਂ ਵੀ ਮੰਨੀਏ ਕਿ ਐਡੇ ਦਾਨਵੀਰ ਕਰਨ ਦੇ ਕੋਲੋਂ ਪੈਸਾ ਇਨਾ ਆਇਆ ਤੇ ਹਿਸਾਬ ਮੰਗਣਾ ਉਹਦਾ ਜਾਇਜ਼ ਹੈ ਬਿਲਕੁਲ ਉਸ ਇਨਸਾਨ ਨੂੰ ਪੂਰੀ ਡਿਟੇਲ ਦੇਣੀ ਚਾਹੀਦੀ ਆ ਸਾਨੂੰ ਵੀ ਪਤਾ ਲੱਗੇ ਉਹਨੇ ਕਿੱਥੇ ਕਿੱਥੇ ਕੀ ਕੀ ਭੇਜਿਆ ਆ ਅਸੀਂ ਵੀ ਜਾਣੇ ਉਹ ਸਾਨੂੰ ਦੱਸੇ ਕਿ ਉਹਨੇ ਕਿੰਨੂ ਕਿੰਨਾ ਕਿੰਨਾ ਪੈਸਾ ਭੇਜਿਆ ਅ ਰਾਜਵਿੰਦਰ ਜੀ ਜਦੋਂ ਬਗੇਲ ਸਿੰਘ ਹੋਣਾ ਨੇ ਪਿਛਲੇ ਦਿਨਾਂ ਦੇ ਵਿੱਚ ਪਹਿਲੀ ਵਾਰ ਪੀਪੀ ਗੋਲਡੀ ਤੇ ਸਵਾਲ ਚੁੱਕੇ ਔਰ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਜਦੋਂ ਉਹਨਾਂ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਤਾਂ ਉਹਨਾਂ ਨੂੰ ਨਕੇਲ ਪੈ ਗਈ ਯਾਨੀ ਕਿ ਕਹਿੰਦਾ ਮਤਲਬ ਹੈ ਕਿ ਜਿਹੜੇ ਫੰਡਿੰਗ ਸੀ ਨਾ ਹੋ ਰਹੀ ਸੀ ਉੱਤੇ ਬ੍ਰੇਕ ਲੱਗ ਗਈ ਉਹਦੀ ਵਜ੍ਹਾ ਬਘੇਲ ਸਿੰਘ ਨੂੰ ਮੰਨਦੇ ਬਘੇਲ ਸਿੰਘ ਉਹਦੀ ਵਜ੍ਹਾ ਹੋ ਸਕਦਾ ਆ ਔਰ ਹੈ ਵੀ ਆ ਸ਼ਾਇਦ ਕਿਤੇ ਨਾ ਕਿਤੇ ਕਿਉਂਕਿ ਉਹਦੀ ਸ਼ੁਰੂ ਤੋਂ ਇੱਕ ਆਦਤ ਰਹੀ ਆ ਅਗਰ ਕੋਈ ਗਲਤ ਚੀਜ਼ ਨੂੰ ਵੇਖਦਾ ਆ ਫੈਮਲੀ ਮੈਂਬਰਸ ਹਰ ਇੱਕ ਪਰਸਨ ਦੀ ਇਹ ਆਦਤ ਆ ਕਿ ਅਗਰ ਕੋਈ ਕਿਸੇ ਗਲਤ ਚੀਜ਼ ਨੂੰ ਵੇਖਦਾ ਆ ਤੇ ਉਹ ਉਹਦਾ ਵਿਰੋਧ ਕਰਦਾ ਹੀ ਕਰਦਾ ਆ ਅਗਰ ਉਹ ਚਾਹੁੰਦੇ ਆ ਕਿ ਉਹਦਾ ਵਿਰੋਧ ਉਹਨਾਂ ਦਾ ਵਿਰੋਧ ਨਾ ਹੋਵੇ ਤੇ ਉਹ ਹਿਸਾਬ ਦੇ ਦੇਣ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਕੱਲ ਤੇ ਹਿਸਾਬ ਦੀ ਹੈ ਭਈ ਸੋ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਜਿਕਰ ਪਾਕ ਸਾਫ ਨੇ ਭਗਤ ਪੂਰਨ ਸਿੰਘ ਦੇ ਰਸਤੇ ਤੇ ਚੱਲ ਰਹੀਆਂ ਨੇ ਜੇਕਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਇੱਕ ਵੀ ਪੈਸਾ ਆਪਣੀ ਅਯਾਸ਼ੀ ਦੇ ਲਈ ਆਪਣੀ ਖੁਸ਼ੀਆਂ ਦੇ ਲਈ ਮौज-ਮਸਤੀ ਦੇ ਲਈ ਆਪਣੀ ਪ੍ਰਾਪਰਟੀ ਬਣਾਉਣ ਦੇ ਲਈ ਉਹ ਨਹੀਂ ਵਰਤਿਆ ਤਾਂ ਉਹਨਾਂ ਨੂੰ ਹਿਸਾਬ ਦੇਣ ਚਾਦਾ ਹਰਜ ਹੈ ਜੇ ਤੁਸੀਂ ਹੈ ਹੀ ਫਕੀਰ ਜਦੋਂ ਹੈਗੇ ਹੀ ਤੁਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਹੋ ਤੇ ਫਿਰ ਮਾਇਆ ਨਾਲ ਇੰਨਾ ਮੋਹ ਕਿਉਂ ਪੈਸਿਆਂ ਦਾ ਹਿਸਾਬ ਮੰਗਣ ਲੱਗਿਆ ਤੋਂ ਹਾਰ ਨੂੰ ਪਸੀਨ ਦੇਣ ਲੱਗਿਆ ਤੁਹਾਨੂੰ ਪਸੀਨਾ ਕਿਉਂ ਆ ਜਾਂਦਾ ਹੈ ਤੇ ਤੁਹਾਡੀ ਜ਼ਬਾਨ ਕਿਉਂ ਥਰਰਾ ਜਾਂਦੀ ਹੈ ਕੰਬ ਜਾਂਦੀ ਹੈ ਸੋ ਸਮਾਜ ਸੇਵੀਓ ਆਓ ਵੇਖੀਏ ਕੌਣ ਪਹਿਲ ਕਰਦਾ ਕਿਹੜਾ ਭਲਾ ਕਹਿੰਦਾ ਕਿ ਜਦ ਤੋਂ ਮੈਂ ਸਮਾਜ ਸੇਵੀ ਸੰਸਥਾ ਖੋਲੀ ਹੈ ਆ ਲਓ ਉਹਦਾ ਇੱਕ ਇੱਕ ਹਿਸਾਬ ਆਨਲਾਈਨ ਹੈ ਰਿਕਾਰਡ ਜਿਹੜਾ ਵੈਬ ਤੇ ਪਿਆ ਹੈ ਸਾਡੇ ਚੈੱਕ ਕਰੋ ਕਿੱਥੇ ਕਿੱਥੇ ਕਿੰਨੂ ਕਿੰਨੂ ਦਿੱਤਾ ਉਹਨਾਂ ਦੇ ਐਡਰੈਸ ਉਹਨਾਂ ਦੇ ਫੋਨ ਨੰਬਰ ਨਾਲ ਦੋ ਤਾਂ ਕਿ ਜਿਹੜਾ ਵੀ ਸਵਾਲ ਕਰਨ ਵਾਲੇ ਬਗੇਲ ਸਿੰਘ ਤੋਂ ਇਲਾਵਾ ਹੋਰ ਵੀ ਲੋਕ ਨੇ ਉਹਨਾਂ ਨੂੰ ਜਵਾਬ ਮਿਲ ਜਾਂ ਤੇ ਦੁਬਾਰਾ ਤੁਹਾਨੂੰ ਸਵਾਲ ਨਾ ਕਰ ਪਾਰੇ ਇਥੇ ਰਾਜਮਿੰਦਰ ਜੀ ਮੰਨੇ ਬਗੇਲ ਸਿੰਘ ਉਹਨਾਂ ਨੇ ਸੇਵਾ ਦਿੱਤੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸੇਵਾ ਦਿੱਤੀ ਔਰ ਉਹਨਾਂ ਦੀ ਸੇਵਾ ਕਿੱਥੇ ਕਿੱਥੇ ਚੱਲੀ ਉਹ ਪੈਸਾ ਕਿੱਥੇ ਕਿੱਥੇ ਲੱਗਾ ਉਹਨਾਂ ਦਾ ਹਿਸਾਬ ਮੰਗ ਰਹੇ ਨੇ ਉਹਨਾਂ ਦਾ ਹੱਕ ਹੈ ਪਰ ਉਹਦੇ ਬਾਅਦ ਅਚਾਨਕ ਪ੍ਰਪਰੀ ਸਿੰਘ ਸਿੱਧੂ ਵਿਦੇਸ਼ਾਂ ਚ ਵਿਦੇਸ਼ ਚ ਰਹਿਣ ਵਾਲਾ ਇੱਕ ਸਖਸ਼ ਹੈ ਉਹਦੀ ਐਂਟਰੀ ਹੁੰਦੀ ਹੈ ਔਰ ਉਹ ਬਹੁਤ ਹੀ ਵੱਡੇ ਇਲਜ਼ਾਮ ਜਿਹੜੇ ਨੇ ਨਿੱਜੀ ਇਲਜ਼ਾਮ ਬਗੇਲ ਸਿੰਘ ਤੇ ਲਗਾਉਂਦੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਜੋ ਪ੍ਰਪਰੀ ਸਿੰਘ ਸਿੱਧੂ ਆ ਕੀ ਤੁਸੀਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਕੋਈ ਵੀਡੀਓ ਦੇਖੀ ਹੈ ਬਿਲਕੁਲ ਦੇਖੀ ਹੈ ਜੀ ਜਿਸ ਵਿੱਚ ਉਸ ਬੰਦੇ ਨੇ ਇਹ ਦਾਵਾ ਕੀਤਾ ਹੈ ਕਿ ਬਗੇਲ ਸਿੰਘ ਦੀਆਂ ਭੈਣਾਂ ਦੀ ਜ਼ਿੰਦਗੀ ਖਰਾਬ ਹੋਣ ਦੇ ਪਿੱਛੇ ਜਿਹੜੀ ਦਮਦਮੇ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਜੀ ਸਾਡੇ ਲਈ ਬੜੇ ਆਦਰਯੋਗ ਨੇ ਤੇ ਕਿ ਉਹਨਾਂ ਦਾ ਹੱਥ ਹੈ ਇਹਦੀਆਂ ਭੈਣਾਂ ਤੀਸਰੇ-ਤੀਸਰੇ ਥਾਂ ਬੈਠੀਆਂ ਆ ਉਹਦੇ ਵਿੱਚ ਬਾਬਾ ਜੀ ਹਰਨਾਮ ਸਿੰਘ ਜੀ ਹੋਣਾ ਦਾ ਤੇ ਬਗੇਲ ਸਿੰਘ ਦਾ ਹੱਥ ਹੈ ਮੈਂ ਇਹ ਪੁੱਛਣਾ ਚਾਹਨੀ ਆ ਕਿ ਬਾਬਾ ਜੀ ਅਸੀਂ ਤੇ ਇਸ ਬੰਦੇ ਨੂੰ ਜਵਾਬ ਦਵਾਂਗੇ ਦਵਾਂਗੇ ਤੁਸੀਂ ਇਸ ਬੰਦੇ ਨੂੰ ਕੀ ਜਵਾਬ ਦਿੰਦੇ ਹੋ ਇਹਨੇ ਐਡਾ ਵੱਡਾ ਇਲਜ਼ਾਮ ਐਡਾ ਵੱਡਾ ਲਾਸ਼ਨ ਤੁਹਾਡੇ ਤੇ ਲਾਇਆ ਹੈ ਜਦ ਕਿ ਅਸੀਂ ਦੋਵੇਂ ਭੈਣਾਂ ਕਦੀ ਬਾਬਾ ਜੀ ਨੂੰ ਮਿਲੀਆਂ ਨਹੀਂ ਸਾਡਾ ਦੂਰ ਦੂਰ ਤੱਕ ਦਾ ਵੀ ਉਹਨਾਂ ਦੇ ਨਾਲ ਕੋਈ ਵਾਸਤਾ ਨਹੀਂ ਹੈਗਾ ਰਾਜਵਿੰਦਰ ਜੀ ਮੀਡੀਆ ਤੇ ਉੱਤੇ ਤਾਂ ਤੁਸੀਂ ਕਹਿ ਦਿੱਤਾ ਕਿਉਂਕਿ ਕਬਾਹਤ ਹੀ ਸਨਮਾਨ ਜਨਕ ਹਸਤੀ ਹੈ ਬਾਬਾ ਦੀਪ ਸਿੰਘ ਦੀ ਚੱਲੀ ਹੋਈ ਜੋ ਟਕਸਾਲ ਹ ਉਸ ਟਕਸਾਲ ਦੇ ਮੁਖੀ ਨੇ ਮੁਖਸੇ ਵਾਧਾ ਨੀ ਅਸਲ ਵਿੱਚ ਮੌਜੂਦਾ ਭਾਈ ਹਰਨਾਮ ਸਿੰਘ ਖਾਲਸਾ ਜੀ ਤੁਸੀਂ ਉਹਨਾਂ ਕੋਲ ਸ਼ਿਕਾਇਤ ਲਿਖਤੀ ਸ਼ਿਕਾਇਤ ਲੈ ਕੇ ਪਹੁੰਚੋਗੇ ਆਪ ਗੱਲ ਕਰੋਗੇ ਕਿਉਂਕਿ ਮੀਡੀਆ ਦੇ ਉੱਤੇ ਗੱਲ ਕਰਨੀ ਹੋਰ ਚੀਜ਼ ਹੈ ਤੁਹਾਡਾ ਨਿੱਜੀ ਜਾ ਕੇ ਆਪਣੀ ਗੱਲ ਰੱਖਣੀ ਹੋਰ ਚੀਜ਼ ਹੈ ਬਿਲਕੁਲ ਜਾਵਾਂਗੇ ਜੀ ਇਹ ਮੇਰੀ ਮੇਰੀ ਛੋਟੀ ਭੈਣ ਦੀ ਔਰ ਮੇਰੀ ਜਿਹੜੀ ਪਰਜਾਈ ਆ ਬੜੀ ਸਤਿਕਾਰਯੋਗ ਆ ਸਾਡੇ ਲਈ ਸਾਡੀਆਂ ਤਿੰਨਾਂ ਜਣੀਆਂ ਦੀ ਲੜਾਈ ਆ ਔਰ ਤਿੰਨਾਂ ਜਣੀਆਂ ਦੀ ਨਹੀਂ ਵੀ ਲੜਾਈ ਹੁੰਦੀ ਤੇ ਤਾਂ ਵੀ ਮੈਂ ਜਾਣਦੀ ਕਿਸੇ ਹੋਰ ਬੱਚੀ ਦੀ ਲੜਾਈ ਵੀ ਹੁੰਦੀ ਤਾਂ ਤਾਂ ਵੀ ਮੈਂ ਜਾਣਦੀ ਇਸ ਬੰਦੇ ਨੂੰ ਕੋਈ ਹੱਕ ਨਹੀਂ ਸੀ ਬਣਦਾ ਸਾਡੇ ਤੇ ਇਲਜ਼ਾਮ ਲਾਣ ਦਾ ਅਸੀਂ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਹੈਗੇ ਰਾਜਵਿੰਦਰ ਕਿਸੇ ਪਹਿਚਾਣ ਦੀ ਮਹਤਾਜ ਨਹੀਂ ਆ ਕਿ ਉਹ ਬਗੇਲ ਸਿੰਘ ਦੀ ਪੈਣਾ ਜਾਂ ਉਹ ਫਲਾਨੇ ਦੀ ਬੇਟੀ ਆ ਜਾਂ ਉਹ ਫਲਾਨੇ ਦੀ ਮਾਂ ਆ ਰਾਜਵਿੰਦਰ ਦੀ ਇੱਕ ਆਪਣੀ ਪਹਿਚਾਣ ਆ ਉਹ ਬੰਦਾ ਇੱਥੇ ਆ ਕੇ ਇਸ ਏਰੀਆ ਦੇ ਵਿੱਚ ਪੁੱਛੇ ਕਿ ਰਾਜਵਿੰਦਰ ਤੇ ਬਗਾਨੀਆਂ ਕੁੜੀਆਂ ਦੇ ਨਾਲ ਬਗਾਨੀਆਂ ਧੀਆ ਪੈਣਾ ਦੀਆਂ ਲੜਾਈਆਂ ਆਪ ਲੜਦੀ ਆ ਤੇ ਕੀ ਗੱਲ ਉਹ ਆਪਣੀ ਲੜਾਈ ਨਹੀਂ ਲੜੇਗੀ ਮੈਂ ਬਿਲਕੁਲ ਜਾਵਾਂਗੀ ਬਾਬਾ ਜੀ ਕੋ ਔਰ ਮੈਂ ਬਾਬਾ ਜੀ ਕੋ ਮੰਗਾ ਕਰਦੀ ਆ ਕਿ ਬਾਬਾ ਜੀ ਤੁਸੀਂ ਇਸ ਬੰਦੇ ਨੂੰ ਜਵਾਬ ਦਿਓ ਅਗਰ ਤੁਸੀਂ ਇਸ ਬੰਦੇ ਨੂੰ ਜਵਾਬ ਨਹੀਂ ਦਿੰਦੇ ਹੋ ਅੱਜ ਤੁਸੀਂ ਚੁੱਪ ਬੈਠ ਜਾਂਦੇ ਹੋ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਇਸ ਗੱਲ 'ਚ ਅਸੀਂ ਵੀ ਸ਼ਰਮਿੰਦਾ ਹੋਵਾਂਗੇ ਠੀਕ ਹੈ ਕਿ ਇਹ ਇੱਕ ਇੰਨੇ ਵੱਡੇ ਮਤਲਬ ਜੀ 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 ਬਿਲਕੁਲ ਇੱਕ ਬਹੁਤ ਹੀ ਸਨਮਾਨਜਨਕ ਪਦਵੀ ਤੇ ਬੈਠੇ ਹੋਏ ਨੇ ਸੰ ਸਮਾਜ ਦੇ ਮੁਖੀ ਨੇ ਟਕਸਾਲ ਦੇ ਮੁਖੀ ਨੇ ਸੋ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਭਾਵੇਂ ਬੇਸ਼ੱਕ ਉਹ ਛੋਟੇ-ਛੋਟੇ ਵਿਵਾਦਾਂ ਦੇ ਵਿੱਚ ਕਦੀ ਪੈਂਦੇ ਨਹੀਂ ਪਰ ਲੋਕ ਪਰਫੁੱਲਿਤ ਹੋਣ ਲਈ ਪ੍ਰਚਲਿਤ ਹੋਣ ਲਈ ਮਸ਼ਹੂਰ ਹੋਣ ਦੇ ਲਈ ਔਰ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਕਿੜ ਕੱਢਣ ਦੇ ਲਈ ਅਕਸਰ ਅਸੀਂ ਦੇਖਦੇ ਹਾਂ ਕਿ ਬਾਬਾ ਜੀ ਦਾ ਨਾਮ ਜਾਂ ਟਕਸਾਲ ਦਾ ਨਾਮ ਵਰਤ ਜ਼ਰੂਰ ਲੈਂਦੇ ਨੇ ਰਾਜੀ ਪਰ ਮੈਂ ਹੁਣੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜੋ ਜਿੰਨਾ ਤੱਥਾਂ ਦੇ ਆਧਾਰ ਤੇ ਪ੍ਰਪਰੀ ਸਿੰਘ ਸਿੱਧੂ ਇਲਜ਼ਾਮ ਲਗਾ ਰਿਹਾ ਹੈ ਕਿ ਤੁਹਾਡੇ ਤੁਸੀਂ ਤੀਸਰੇ ਥਾਂ ਤੋਂ ਤੁਹਾਡੀ ਵੀ ਜਿਹੜੀ ਸਿਸਟਰ ਹੈ ਕਿ ਉਹ ਵੀ ਪਹਿਲਾਂ ਦੋ ਵਿਆਹ ਹੋਏ ਤੇ ਹੁਣ ਤੀਸਰੀ ਜਗ੍ਹਾ ਤੇ ਤੁਸੀਂ ਬਿਲਕੁਲ ਨਹੀਂ ਜੀ ਬਿਲਕੁਲ ਗਲਤ ਕਹਿ ਰਿਹਾ ਉਹ ਬੰਦਾ ਮੇਰੇ ਹਸਬੰਦ ਨੂੰ 21 ਸਾਲ ਹੋ ਗਏ ਬਾਹਰ ਗਏ ਨੂੰ ਉਹ ਬੰਦਾ ਵਾਪਸ ਨਹੀਂ ਆਇਆ ਮੇਰੀ ਛੋਟੀ ਸਿਸਟਰ ਦਾ ਡਿਵੋਰਸ ਹੋਇਆ ਜਦੋਂ ਬੱਚਿਆਂ ਨੂੰ ਜਾਦਾ ਪੜਾ ਲਿਖਾ ਦਈਏ ਤੇ ਗਧਿਆਂ ਦੇ ਹੱਥ ਦੇ ਦਈਏ ਨਾ ਤਿਆਂ ਦੀ ਜ਼ਿੰਦਗੀ ਤੇ ਫਿਰ ਤਿਆਂ ਦੀ ਜ਼ਿੰਦਗੀ ਨਰਕ ਹੋ ਹੀ ਜਾਂਦੀ ਆ ਸਾਡੇ ਫਾਦਰ ਸਾਹਿਬ ਬੜੇ ਭੋਲੇ ਭਾਲੇ ਸੀਗੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੁਝ ਨਹੀਂ ਪਤਾ ਉਹਨਾਂ ਨੇ ਤੇ ਜਾ ਕੇ ਉਹਨਾਂ ਲੋਕਾਂ ਦੇ ਘਰ ਵਨੀ ਸੀ ਵੇਖੇ ਕਿ ਜਿੱਥੇ ਉਹ ਤਿਆਂ ਵਿਆਹਣ ਲੱਗੇ ਸੀ ਜੀ ਰਾਜਵਿੰਦਰ ਜੀ ਤੁਹਾਡੇ ਭਰਾ ਬਗੇਲ ਸਿੰਘ ਦੇ ਉੱਪਰ ਪੰਤ ਪ੍ਰਪਰੀ ਸਿੰਘ ਨੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਨੇ ਔਰ ਉਹਨੇ ਦੱਸਿਆ ਕਿ ਉਹ ਇੱਕ ਨਸ਼ੇੜੀ ਸੀ ਇਕਈ ਆਸ਼ੀ ਤਾਇਦਾ ਇਨਸਾਨ ਸੀ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਕਿ ਉਹ ਬਦਮਾਸ਼ ਟਾਈਪ ਸੀ ਇਵਨ ਇਥੋਂ ਤੱਕ ਕਿ ਉਹਨਾਂ ਦੇ ਖੜਕੂਆਂ ਦੇ ਨਾਲ ਸੰਬੰਧ ਜਾਤਵਾਦੀਆਂ ਨਾਲ ਸੰਬੰਧ ਜਾਂ ਅਤਵਾਦੀ ਹੋਣਾ ਜਾਂ ਉਹਨਾਂ ਹਰਕਤਾਂ ਦੇ ਨਾਲ ਵੀ ਉਹਨਾਂ ਨੇ ਜੋੜ ਕੇ ਦੱਸਿਆ ਤੁਹਾਨੂੰ ਤੁਹਾਡਾ ਕੀ ਕਹਿਣਾ ਕਿ ਬਿਲਕੁਲ ਉਹ ਉਸ ਸਮੇਂ ਜਦੋਂ ਪੰਜਾਬ 'ਚ ਤੁਹਾਡੇ ਕੋਲ ਸੀ ਇਦਾਂ ਦੀ ਕੋਈ ਸ਼ਿਕਾਇਤ ਹੈ ਨਹੀਂ ਸੀ ਕਿ ਸ਼ਰਾਬੀ ਉਹ ਨਹੀਂ ਸੀ ਜਾਂ ਕੋਈ ਮਾੜੀ ਹਰਕਤਾਂ ਮਾੜੀ ਸੰਗਤ 'ਚ ਉਹ ਨਹੀਂ ਸੀ ਨਹੀਂ ਜੀ ਬਿਲਕੁਲ ਉਹ ਮਾੜੀ ਸੰਗਤ ਦੇ ਵਿੱਚ ਹੈਗਾ ਸੀ ਉਹ ਨਸ਼ਾ ਵੀ ਕਰਦਾ ਸੀਗਾ ਕਿੰਨੇ ਕਿਤੇ ਜਿਹੜੀ ਤੁਸੀਂ ਗੱਲ ਜਿਹੜੀ ਮੈਂ ਆਪਣੇ ਭਰਾ ਲਈ ਉਹ ਲਫ਼ਜ਼ ਵਰਤਣਾ ਨਹੀਂ ਜਾਂਦੀ ਉਹ ਵੀ ਹੋਏਗਾ ਹੂੰ ਕਿਉਂਕਿ ਕਿਸੇ ਦੀ ਗਾਰੰਟੀ ਨਹੀਂ ਲਈ ਜਾ ਸਕਦੀ ਅਸੀਂ ਭਗੇਲ ਸਿੰਘ ਦੀ ਗਾਰੰਟੀ ਨਹੀਂ ਲੈਂਦੇ ਅਗਰ ਇਹਨਾਂ ਦੀ ਕੋਈ ਫਾਈਟ ਚੱਲ ਰਹੀ ਆ ਤੇ ਮੇਰੀ ਇਹਨਾਂ ਦੋਹਾਂ ਅੱਗੇ ਹੱਥ ਬਨ ਕੇ ਬੇਨਤੀ ਆ ਕਿ ਤੁਸੀਂ ਧੀਆ ਪੈਣਾ ਨੂੰ ਵਿੱਚ ਲਿਆ ਕੇ ਨਾ ਰੋਲੋ ਤੁਹਾਡੀ ਆਪਣੀ ਲੜਾਈ ਆ ਅਗਰ ਤੁਸੀਂ ਐਡੇ ਹੀ ਬਹਾਦਰ ਹੋ ਐਡੇ ਹੀ ਸੂਰਮੇ ਹੋ ਤੇ ਆਪਣੀ ਲੜਾਈ ਨੂੰ ਆਪ ਲੜੋ ਸੋਸ਼ਲ ਮੀਡੀਆ ਤੇ ਕਾਹਦਾ ਲੜਨਾ ਇੱਕ ਦੂਸਰੇ ਦੇ ਸਾਹਮਣੇ ਜਾਓ ਇੱਕ ਦੂਸਰੇ ਨੂੰ ਗੋਲੀ ਮਾਰ ਦਿਓ ਇੱਕ ਦੂਸਰੇ ਦੇ ਸਾਹਮਣੇ ਜਾਓ ਇੱਕ ਦੂਸਰੇ ਦਾ ਸਿਰ ਪਾੜ ਦਿਓ ਜੇ ਕੋਈ ਲੜਾਈ ਲੜਨੀ ਆ ਤੇ ਕੋਈ ਧਰਮ ਦੀ ਲੜਾਈ ਲੜੋ ਆਪਣੀਆਂ ਧੀਆ ਭੈਣਾਂ ਦੀ ਇੱਜ਼ਤ ਨੂੰ ਬਚਾਉਣ ਦੀ ਲੜਾਈ ਲੜੋ ਨਾ ਕਿ ਉਹਨੂੰ ਰੋਲਣ ਦੀ ਲੜਾਈ ਲੜੋ ਆਖਿਰ ਰਾਜਵਿੰਦਰ ਜੀ ਕੌਣ ਸਖਸੀ ਜਿਹੜਾ ਤੁਹਾਡੇ ਨਗਰ ਦਾ ਨਾਮ ਜਿਹੜਾ ਕਿਸ ਤਰੀਕੇ ਦੇ ਨਾਲ ਪ੍ਰਪਰੀ ਸਿੰਘ ਜੀ ਤਾਂ ਪੁਲਿਸ ਦਾ ਕੋ ਖੁਫੀਆ ਵਿਭਾਗ ਕੰਮ ਕਰਦਾ ਹੈ ਨਾ ਉਹ ਜਾਣਕਾਰੀ ਲੈਂਦੇ ਜੁਟਾਉਂਦੇ ਨੇ ਸਾਰਿਆਂ ਦੀ ਇਹ ਵੈਸੇ ਤਾਂ ਇਦਾਂ ਮੈਨੂੰ ਲੱਗਦਾ ਬਘੇਲ ਸਿੰਘ ਹੋਣਾ ਕੋਲ ਵੀ ਕੋ ਖੁਫੀਆ ਵਿਭਾਗ ਹੈ ਉਹ ਸਮਾਜ ਸੇਵੀ ਸੰਸਥਾਵਾਂ ਦੀ ਸਾਰੀ ਜਾਣਕਾਰੀ ਇਕੱਠੀ ਕਰਦੇ ਨੇ ਤੇ ਇਹ ਜੋ ਪ੍ਰਪ੍ਰੀਤ ਸਿੰਘ ਹੈ ਸਿੱਧੂ ਇਹਨੇ ਬਘੇਲ ਸਿੰਘ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਪਰਿਵਾਰ ਦੀ ਪਿੰਡ ਦੀ ਭੈਣਾਂ ਦੇ ਉਹਨੇ ਤੁਹਾਡੀ ਵੱਲੋਂ ਜ਼ਿਕਰ ਕੀਤਾ ਸਾਰਾ ਪਰ ਇਹ ਪ੍ਰਪ੍ਰੀਤ ਸਿੰਘ ਇਨਾ ਇੰਟਰਸ ਕਿਉਂ ਲੈ ਰਿਹਾ ਹੈ ਕੀ ਤੁਹਾਨੂੰ ਲੱਗਦਾ ਕੋਈ ਕਾਰੋਬਾਰ ਦੇ ਲਿਹਾਜ਼ ਨਾਲ ਕੋਈ ਭਾਈਵਾਲੀ ਚ ਹੋਏਗੀ ਜਾਂ ਇਹਨਾਂ ਦੀ ਕੋਈ ਰੰਜਿਸ਼ ਹੋਏਗੀ ਜਾਂ ਇੱਕ ਦੂਜੇ ਦੇ ਨਾਲ ਕੋਈ ਪੁਰਾਣੀ ਦੁਸ਼ਮਣੀ ਹੈ ਤੁਸੀਂ ਜਾਣਦੇ ਸਭ ਤੋਂ ਪਹਿਲਾਂ ਦੱਸੋ ਪ੍ਰਪਰੀ ਸਿੰਘ ਨੂੰ ਕਿਤੇ ਪਿੰਡ ਲੈਵਲ ਤੇ ਨਹੀਂ ਜੀ ਮੈਂ ਸ ਕੁੱਤੇ ਨੂੰ ਨਹੀਂ ਜਾਣਦੀ ਇਹ ਕੁੱਤਾ ਕੌਣ ਆ ਇੱਕ ਕੌਣ ਇੱਕ ਨਵਾਂ ਕੁੱਤਾ ਪੌਂਕਿਆ ਜੀ ਦੂਸਰੇ ਦੀਆਂ ਤੀਆਂ ਪਹਿਣਾ ਵਾਸਤੇ ਅਸੀਂ ਨਹੀਂ ਜਾਣਦੇ ਉਹਨੂੰ ਇਹਦੀ ਕੋਈ ਬਗੇਲ ਸਿੰਘ ਨਾਲ ਕੋਈ ਦੁਸ਼ਮਣੀ ਹੋਵੇ ਤੇ ਅਸੀਂ ਕਹਿ ਨਹੀਂ ਸਕਦੇ ਸਾਡੀ ਨੋਲਜ ਤੋਂ ਬਾਹਰ ਹੈ ਕੀ ਕਰਾਂ ਉਹਨੂੰ ਬਗੇਲ ਸਿੰਘ ਦੀਆਂ ਭੈਣਾਂ ਬਗੇਲ ਸਿੰਘ ਦੀ ਘਰ ਦੀ ਬਗੇਲ ਸਿੰਘ ਦੀ ਬੱਚੇ ਨਜ਼ਰ ਆਏ ਨਿਸ਼ਾਨਾ ਲਗਾਉਣ ਦੇ ਲਈ ਮਰਦਾਂ ਵਾਲੀ ਲੜਾਈ ਤੋਂ ਕਿਉਂ ਭੱਜ ਰਿਹਾ ਹੈ ਇਹ ਬੰਦਾ ਇਹਨੇ ਤੁਹਾਡੇ ਤੇ ਯਾਨੀ ਕਿ ਤੁਹਾਨੂੰ ਨਿਸ਼ਾਨਾ ਕਿਉਂ ਬਣਾਇਆ ਕਿ ਬਗੇਲ ਸਿੰਘ ਸੱਕ ਪਕਾ ਜਾਵੇ ਬਗੇਲ ਸਿੰਘ ਕੰਮ ਜਾਵੇ ਬਗੇਲ ਸਿੰਘ ਡਰ ਜਾਵੇ ਕਿ ਉਹਦੇ ਘਰ ਤੱਕ ਪ੍ਰਪਰੀ ਸਿੰਘ ਜਿਹੜਾ ਹੈ ਉਹਦੀ ਨਿੱਜੀ ਜ਼ਿੰਦਗੀ ਚ ਝਾਕ ਰਿਹਾ ਹੈ ਜਾਂ ਝੂਠੇ ਸੱਚੇ ਇਲਜ਼ਾਮਾਂ ਦੇ ਨਾਲ ਉਹਨੂੰ ਬਦਨਾਮ ਕਰੇ ਹਾਂਜੀ ਇਹ ਗੱਲ ਬਿਲਕੁਲ ਸੱਚ ਆ ਕਿ ਉਹ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਦੀ ਫੈਮਲੀ ਤੱਕ ਜਾਓ ਇਦਿਆਂ ਭੈਣਾ ਇਹਦੀ ਮਾਂ ਇਹਦੀ ਬੇਟੀ ਇਹਦੀ ਵਾਈਫ ਦੇ ਕੈਰੈਕਟਰ ਤੱਕ ਜਾਓ ਤੇ ਬੰਦਾ ਚੁੱਪ ਕਰ ਜੇਗਾ ਪਰ ਉਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਹੈਗਾ ਕਿਉਂਕਿ ਜਦੋਂ ਸਟਾਰਟਿੰਗ ਹੋਈ ਸੀ ਤੇ ਸਾਡੀ ਉਹਦੇ ਨਾਲ ਗੱਲ ਹੋਈ ਸੀ ਕਿ ਸਾਰਾ ਕੁਝ ਕੀ ਚੱਲ ਰਿਹਾ ਉਸ ਬੰਦੇ ਨੇ ਉਦੋਂ ਹੀ ਇਹ ਗੱਲ ਸਾਨੂੰ ਕਹਿ ਦਿੱਤੀ ਸੀਗੀ ਕਿ ਇਹ ਲੜਾਈ ਕੋਈ ਛੋਟੀ ਨਹੀਂ ਹੈਗੀ ਕੋਈ ਇੱਕ ਦੋ ਦਿਨ ਦੀ ਨਹੀਂ ਹੈਗੀ ਮੈਂ ਤੁਰ ਪਿਆ ਆ ਤੇ ਮੈਂ ਹੁਣ ਜੋ ਮਰਜ਼ੀ ਹੋ ਜੇ ਮੈਂ ਸਾਰਾ ਕੁਝ ਦਾ ਤੇ ਲਾ ਦਤਾ ਆ ਤੇ ਮੈਂ ਐਂਡ ਤੱਕ ਇਸ ਲੜਾਈ ਨੂੰ ਲੜਾਂਗਾ ਇਹ ਬਗੇਲ ਸਿੰਘ ਦਾ ਕਹਿਣਾ ਹੈ ਹਾਂਜੀ ਇਹ ਬਗੇਲ ਸਿੰਘ ਦਾ ਕਹਿਣਾ ਜੀ ਪਰ ਫਿਰ ਪ੍ਰੋਪਰਿਟੀ ਜੇਕਰ ਆ ਰਿਹਾ ਜੀ ਕੀ ਗੱਲ ਪ੍ਰਪਰੀ ਦੇ ਆਪਣੇ ਪਰਿਵਾਰ ਦੇ ਵਿੱਚ ਕਿਉਂਕਿ ਜਿਸ ਦੀਆਂ ਭੈਣਾਂ ਹੋਣ ਦੂਜੇ ਦੀਆਂ ਭੈਣਾਂ ਤੇ ਉਂਗਲ ਨਹੀਂ ਚੱਕਦਾ ਜਾਂ ਦੂ ਸਿੱਖ ਧਰਮ ਦੇ ਵਿੱਚ ਤਾਂ ਵੈਸੇ ਹੀ ਅਸੀਂ ਦੁਸ਼ਮਣ ਦੀ ਧੀ ਨੂੰ ਵੀ ਆਪਣੀ ਧੀ ਸਮਝਦੇ ਹਾਂ ਦੁਸ਼ਮਣ ਦੀ ਭੈਣ ਨੂੰ ਵੀ ਆਪਣੀ ਭੈਣ ਸਮਝਦੇ ਸਿੱਖ ਤੇ ਧਰਮ ਤੇ ਸਿਕੰਦਰ ਪਰ ਇੱਥੇ ਪ੍ਰਭ ਪ੍ਰੀ ਸਿੰਘ ਸਿੱਧੂ ਜਿਹੜੇ ਨੇ ਉਹ ਨਾ ਤਾਂ ਉਹਦੀ ਕੋਈ ਦੁਸ਼ਮਣੀ ਬਘੇੜ ਸਿੰਘ ਦੇ ਨਾਲ ਪਰ ਫਿਰ ਵੀ ਉਹਦੀਆਂ ਭੈਣਾਂ ਦੇ ਨਾਲ ਇਹ ਅਲਫਾਜ਼ ਵਰਤਨੇ ਉਹਦੀ ਘਰ ਦੀ ਵਾਸਤੇ ਇਹਦੀ ਪਿੱਛੇ ਕੀ ਵਜ੍ਹਾ ਮੰਨਦੇ ਤੁਸੀਂ ਦੇਖੋ ਜੀ ਸਾਡਾ ਤਾਂ ਇਹ ਹਾਲ ਆ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਪਹਿਲਾਂ ਉਸ ਬੰਦੇ ਨੇ ਰੋਲਿਆ ਹੁਣ ਭਰਾ ਦੀ ਦੁਸ਼ਮਣੀ ਪੈ ਗਈ ਤੇ ਹੁਣ ਜਿਹੜੇ ਭਰਾ ਦੇ ਹੇਟਰਸ ਹੋਣਗੇ ਸਾਨੂੰ ਉਹ ਰੋਲਣਗੇ ਪਰ ਇਸ ਤਰ੍ਹਾਂ ਅਸੀਂ ਹੋਣ ਨਹੀਂ ਦੇਣਾ ਇਹਨਾਂ ਦੀ ਆਪਣੀ ਦੁਸ਼ਮਣੀ ਆ ਇਹ ਆਪਣੀ ਦੁਸ਼ਮਣੀ ਨੂੰ ਆਪਣੇ ਤਰੀਕੇ ਦੇ ਨਾਲ ਹੈਂਡਲ ਕਰਨਾ ਉਹਦੇ ਵਿੱਚ ਨਾ ਤੇ ਕਿਸੇ ਦੀ ਅਮਿਤੀਆਂ ਪੈਣਾ ਦਾ ਕੋਈ ਕਸੂਰ ਆ ਅਗਰ ਸਿੱਧੂ ਦੀਆਂ ਤੀਆਂ ਪੈੜਾਂ ਨੂੰ ਵੀ ਗਲਤ ਕਿਹਾ ਜਾਏਗਾ ਉਸ ਨੂੰ ਵੀ ਗੁੱਸਾ ਲੱਗੇਗਾ ਬਗੇਲ ਸਿੰਘ ਦੀਆਂ ਨੂੰ ਕਿਹਾ ਜਾਏਗਾ ਉਹਨੂੰ ਵੀ ਗੁੱਸਾ ਲੱਗੇਗਾ ਨੇਚਰਲੀ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਫਿਰ ਅਟੈਚ ਹੋ ਜਾਂਦੀਆਂ ਜਿਸ ਤਰ੍ਹਾਂ ਪਿਛਲੇ ਦਿਨੀ ਕੋਈ ਗੱਲ ਹੋਈ ਸੀ ਕਿ ਬਗੇਲ ਸਿੰਘ ਨੇ ਇੱਕ ਇੰਜਣ ਮਹਿਕਮਾ ਬਣਾਇਆ ਸੀਗਾ ਜਿਹਦੇ ਵਿੱਚ ਇਸ਼ਾਰੇ ਤੇ ਹੀ ਸਾਰੀਆਂ ਗਲਤ ਚੀਜ਼ਾਂ ਹੋ ਜਾਂਦੀਆਂ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੇਕੀ ਜੀ ਦੇ ਕਰਦੀਆਂ ਜਿਹੜੀਆਂ ਬੇਟੀਆਂ ਸੀ ਜਾਂ ਉਹਨਾਂ ਦੀਆਂ ਲੇਡੀਜ਼ ਸੀ ਉਹਨਾਂ ਦੀ ਗਲਤ ਤਰੀਕੇ ਦੇ ਨਾਲ ਵੀਡੀਓ ਐਡਿਟ ਕਰਕੇ ਜਾਂ ਗਲਤ ਤਰੀਕੇ ਦੇ ਨਾਲ ਉਹਨਾਂ ਦੀਆਂ ਫੋਟੋ ਐਡਿਟ ਕਰਕੇ ਉਹਨਾਂ ਨੂੰ ਨਸ਼ਰ ਕੀਤਾ ਗਿਆ ਜਿੱਥੇ ਮੈਂ ਸਮਝਦੀ ਆਂ ਅਗਰ ਇਹ ਬਗੇਲ ਸਿੰਘ ਨੇ ਕਰਵਾਇਆ ਜਾਂ ਬਗੇਲ ਸਿੰਘ ਨੇ ਕੀਤਾ ਤੇ ਬੜੀ ਸ਼ਰਮਨਾਕ ਗੱਲ ਆ ਉਹਦੇ ਵਾਸਤੇ ਕਿ ਉਹਨੂੰ ਆਪਣੀਆਂ ਧੀਆਂ ਤੇ ਆਪਣੀਆਂ ਭੈਣਾਂ ਆਪਣੀ ਜਨਾਨੀ ਪਿਛੇ ਵੇਖ ਲੈਣੀ ਚਾਹੀਦੀ ਸੀਗੀ ਮੈਂ ਇਸ ਚੀਜ਼ ਦੇ ਵਿੱਚ ਮੈਂ ਬਗੇਲ ਸਿੰਘ ਦੇ ਵੀ ਨਾਲ ਨਹੀਂ ਹੈਗੀ ਮੈਂ ਉਹਦੇ ਵੀ ਖਿਲਾਫ ਆ ਮੈਂ ਫਿਰ ਇਹੀ ਗੱਲ ਕਹਾਂਗੀ ਤੁਹਾਡੀ ਆਪਣੀ ਲੜਾਈ ਆ ਆਪਣੇ ਤਰੀਕੇ ਦੇ ਨਾਲ ਲੜੋ ਵਿੱਚ ਧੀਆਂ ਭੈਣਾਂ ਨੂੰ ਇਨਵੋਲਵ ਨਾ ਕਰੋ ਜੇਕਰ ਕੋਈ ਇਨਵੋਲਵ ਕਰ ਹੀ ਰਿਹਾ ਹੈ ਹੁਣ ਨਾ ਲਗਾ ਹੀ ਰਿਹਾ ਹੈ ਨਾ ਲੈ ਹੀ ਰਿਹਾ ਹੈ ਤਾਂ ਪ੍ਰਪਤੀ ਸਿੱਧੂ ਜਿਹੜਾ ਉਦੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਹੋਊਗੀ ਕਿ ਉਹਦਾ ਨਗਰ ਕਿਹੜਾ ਉਹਦਾ ਪਿੰਡ ਕਿਹੜਾ ਕੀ ਉਹਦੇ ਘਰ ਪਹੁੰਚੋਗੇ ਤੁਸੀਂ ਉਹਦੀਆਂ ਭੈਣਾਂ ਨਾਲ ਉਹਦੇ ਪਰਿਵਾਰ ਨਾਲ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਤੁਸੀਂ ਵੀ ਉਹਦੀਆਂ ਭੈਣਾਂ ਜੇ ਤੁਸੀਂ ਉਹਦਾ ਪਰਿਵਾਰ ਜੇ ਆ ਤੁਹਾਡਾ ਭਰਾ ਜਾਂ ਤੁਹਾਡਾ ਪਤੀ ਜਾਂ ਤੁਹਾਡਾ ਬੇਟਾ ਆ ਦੇਖੋ ਪੰਜਾਬ ਦੀਆਂ ਧੀਆਂ ਦੇ ਨਾਲ ਕੀ ਸਲੂਕ ਕਰਿਆ ਬਿਲਕੁਲ ਜਾਵਾਂਗੇ ਜੀ ਇਹ ਲੜਾਈ ਕੋਈ ਛੋਟੀ ਨਹੀਂ ਹੈਗੀ ਇਹ ਹੁਣ ਪਤਾ ਨਹੀਂ ਕਿੰਨੀ ਲੰਬੀ ਚੱਲੇਗੀ ਅੱਗੇ ਬਹੁਤ ਸਾਰੀਆਂ ਲੜਾਈਆਂ ਸੀ ਜਿਨ੍ਹਾਂ ਦੇ ਵਿੱਚ ਅੱਧੀ ਜ਼ਿੰਦਗੀ ਖਤਮ ਹੋ ਗਈ ਤੇ ਮੈਨੂੰ ਲੱਗਦਾ ਇਹ ਲਾਸਟ ਲੜਾਈ ਹੋਏਗੀ ਜਿਹਦੇ ਵਿੱਚ ਪੂਰੀ ਜ਼ਿੰਦਗੀ ਖਤਮ ਹੋ ਜਾਏਗੀ ਸੋ ਇਸਨ ਸਾਡੇ ਨਾਲ ਰਾਜਵਿੰਦਰ ਜੀ ਵੈਸੇ ਤਾਂ ਇਸ ਇਲਾਕੇ ਚ ਜਿਲ੍ਹੇ ਗੁਰਦਾਸਪੁਰ ਤੋਂ ਸਾਡੇ ਚੈਨਲ ਨੇ ਜਦੋਂ ਇਹਨਾਂ ਦੇ ਬਾਰੇ ਤਫ਼ਤੀਸ਼ ਕੀਤੀ ਮੈਨੂੰ ਇਹ ਮਨ ਜਾਣਦਾ ਕਿ ਪ੍ਰਪਤੀ ਸਿੰਘ ਸਿੱਧੂ ਜਿਹੜੇ ਵਿਦੇਸ਼ ਚ ਰਹਿ ਰਹੇ ਨੇ ਜਿਹੜੇ ਦਾਵਾ ਕਰ ਰਹੇ ਨੇ ਬਗੇਲ ਸਿੰਘ ਦੀਆਂ ਭੈਣਾਂ ਦੇ ਕੈਰੇਕਟਰ ਤੇ ਉਹਨਾਂ ਦੀ ਜ਼ਿੰਦਗੀ ਤੇ ਉੱਚ ਉਹਨਾਂ ਨੂੰ ਉਹ ਇਨਫੋਰਮੇਸ਼ਨ ਕਿੱਥੋਂ ਕਲੈਕਟ ਕੀਤੀ ਕਿ ਜਾਂ ਉਹਨਾਂ ਨੇ ਆਪਣੀ ਮਰਜ਼ੀ ਦੀ ਜੋ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਸੀ ਵੈਸੀ ਉਹਨਾਂ ਨੇ ਲਈ ਕਿ ਜਾਂ ਆਪਣੇ ਕੋਲੋ ਜੋੜ ਤੋੜ ਕਰਕੇ ਉਹ ਅਲਫਾਜ਼ ਬੋਲੇ ਅਸੀਂ ਨਹੀਂ ਜਾਣਦੇ ਨਾ ਇਹ ਦਾਵਾ ਕਰਦੇ ਆ ਪਰ ਆ ਸਾਨੂੰ ਇਹ ਪਤਾ ਕਿ ਰਾਜਵਿੰਦਰ ਕੌਰ ਜਿਹੜੀ ਸਾਹਮਣੇ ਸਾਡੇ ਨਾਲ ਬੈਠੇ ਨੇ ਇੰਟਰਵਿਊ ਦੇ ਰਹੇ ਨੇ ਸਮਾਜ ਸੇਵੀ ਕੰਮਾਂ ਦੇ ਵਿੱਚ ਸਭ ਤੋਂ ਮੋਹਰੇ ਨੇ ਕਿ ਅਗਰ ਤੁਹਾਡੀ ਲੜਾਈ ਬਗੇਲ ਸਿੰਘ ਦੇ ਨਾਲ ਹੈ ਤਾਂ ਤੁਸੀਂ ਆਰ ਪਰ ਦੀ ਲੜਾਈ ਉਹਦੇ ਨਾਲ ਲੜੋ ਵਿਚਾਰਾਂ ਦੀ ਲੜਾਈ ਹੈ ਵਿਚਾਰਾਂ ਨਾਲ ਲੜੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਵੀ ਡੋਲੇ ਫੜਕ ਰਹੇ ਨੇ ਉਹਦੇ ਵੀ ਫੜਕ ਰਹੇ ਨੇ ਤਾਂ ਤੁਸੀਂ ਦੋਵੇਂ ਇੱਕ ਦੂਜੇ ਨੂੰ ਟੱਕਰੋ ਜਿੱਦਾਂ ਜੀ ਕਰਦਾ ਕਰੋ ਪਰ ਉਹਨਾਂ ਦੀ ਪੈਣ ਕਹਿ ਰਹੀ ਹੈ ਕਿ ਪਰਿਵਾਰਾਂ ਨੂੰ ਆਪਣੀ ਇਸ ਲੜਾਈ ਦੇ ਵਿੱਚ ਨਿੱਜੀ ਜਿਹੜੀ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਸਾਹਮਣੇ ਨਸ਼ਰ ਨਾ ਕਰੋ ਕਿਉਂਕਿ ਤੁਹਾਡੀਆਂ ਦੋਨਾਂ ਦੀਆਂ ਹੀ ਧੀਆਂ ਭੈਣਾਂ ਸਾਂਝੀਆਂ ਨੇ ਬਗੇਲ ਸਿੰਘ ਦੀ ਭੈਣ ਜਿਹੜੀ ਹੈ ਉਹ ਪ੍ਰੀ ਸਿੰਘ ਦੀ ਭੈਣ ਹੈ ਬਗੇਲ ਸਿੰਘ ਦੇ ਜਿੱਦੇ ਮਾਵਾ ਉਹ ਪ੍ਰੀ ਸਿੰਘ ਦੀ ਵੀ ਮਾਵਾ ਪਰ ਇੱਥੇ ਇਹ ਹੈ ਕਿ ਜਿਸ ਤਰ੍ਹਾਂ ਉਹਦੀ ਪਤਨੀ ਹੈ ਉਦਾਂ ਹੀ ਬਗੇਲ ਸਿੰਘ ਦੀ ਪਤਨੀ ਹੈ ਸੋ ਸਤਿਕਾਰ ਕਰੀਏ ਔਰ ਜ਼ਿਆਦਾ ਮੈਂ ਤਾਂ ਸਿਰਫ ਇਹੀ ਕਵਾਂਗਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਵੀਰ ਨੂੰ ਕਿਸੇ ਨੂੰ ਸਵਾਲ ਚੁੱਕਣ ਵਾਲਿਆਂ ਨਾਲ ਇਤਰਾਜ਼ ਹੈ ਜਿਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਵਾਲ ਚੁੱਕੇ ਨੇ ਜੀ ਸਦਕੇ ਚੁੱਕੋ ਹੱਕ ਹੈ ਤੇ ਜਿਹੜੇ ਉਹਨਾਂ ਦੇ ਉੱਪਰ ਸਵਾਲ ਚੁੱਕ ਰਹੇ ਨੇ ਉਹ ਵੀ ਜਾਇਜ਼ ਹੈ ਕਿਉਂਕਿ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ ਤੇ ਸਵਾਲ ਚੁੱਕ ਸਕਦਾ ਤਾਂ ਕਿਸੇ ਨੂੰ ਉਹਨਾਂ ਨਾਲ ਵੀ ਗਿਲਾ ਹੋ ਸਕਦਾ ਲੋਕਤੰਤਰ ਹੈ ਤੁਹਾਨੂੰ ਹੱਕ ਹੈ ਤੁਸੀਂ ਸਵਾਲ ਕਰੋ ਪਰ ਉਹਦੇ ਨਾਲ ਕਦੀ ਵੀ ਕਿਸੇ ਦੀਆਂ ਵੀ ਧੀਆਂ ਪੈਣਾ ਦੀ ਮਾਨ ਸਨਮਾਨ ਉਠੀਸ ਪਹੁੰਚਾਓ ਉਹਨਾਂ ਨੂੰ ਨਾ ਰੋਲੋ ਇਹੀ ਅਸੀਂ ਕਵਾਂਗੇ ਬਾਕੀ ਵਿਦੇਸ਼ਾਂ ਦੀ ਧਰਤੀ ਤੇ ਤੁਸੀਂ ਬੈਠੇ ਹੋ ਫਿਰ ਇਹਨਾਂ ਦੇ ਸਿਸਟਰ ਦੇ ਕੋਲੋਂ ਆਖਰੀ ਲਾਈਨ ਸੁਣ ਕੇ ਅਸੀਂ ਅੱਜ ਦਾ ਬਾਤ ਪ੍ਰੋਗਰਾਮ ਸਮਾਪਤ ਕਰਾਂਗੇ ਸੋ ਇਹਨਾਂ ਦੋਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਮੈਂ ਇਹਨਾਂ ਦੋਨਾਂ ਨੂੰ ਕਹਿਨੀ ਆ ਕਿ ਤੁਸੀਂ ਅਗਰ ਲੜਨਾ ਹੈ ਤੇ ਸਾਹਮਣੇ ਆ ਕੇ ਲੜੋ ਅਗਰ ਤੁਸੀਂ ਲੜਨਾ ਹੈ ਕਿਸੇ ਚੰਗੇ ਮੁੱਦੇ ਤੇ ਲੜੋ ਤੁਸੀਂ ਪੰਜਾਬ ਦੇ ਸੂਰਮੇ ਹੋ ਪਰ ਤੁਸੀਂ ਇਹਨੇ ਗੰਦੇ ਕੰਮ ਕਿਉਂ ਕਰਦੇ ਪਏ ਹੋ ਤੁਸੀਂ ਲੜਨਾ ਹੈ ਕਿਸੇ ਚੀਜ਼ ਨੂੰ ਲੈ ਕੇ ਲੜੋ ਕਿਸੇ ਦੇ ਹੱਕ ਲਈ ਲੜੋ ਕਿਸੇ ਨੂੰ ਨਿਆਂ ਦਿਵਾਉਣ ਵਾਸਤੇ ਲੜੋ ਤੁਸੀਂ ਤੁਸੀਂ ਕਿਹੜੀ ਲੜਾਈ ਲੜਦੇ ਹੋ ਮੈਂ ਇਹ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਪ੍ਰੋਪਰਟੀ ਸਿੰਘ ਸਿੱਧੂ ਜੀ ਸੁਣ ਲਓ ਭਗੇਲ ਸਿੰਘ ਦੀ ਭੈਣ ਇੱਥੇ ਕਿਹੜੀ ਲੜਾਈ ਲੜਦੀ ਹੈ ਕਿਹੜੀ ਸੰਸਥਾ ਚਲਾਉਂਦੀ ਹੈ ਤੁਸੀਂ ਵੀ ਇੱਕ ਸੁਣ ਲਓ ਔਰ ਕੰਨ ਖੋਲ ਕੇ ਉਹ ਸਾਰੇ ਲੋਕ ਸੁਣ ਲੈਣ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਭਗੇਲ ਸਿੰਘ ਦੀ ਭੈਣ ਕਿੱਡੇ ਵੱਡੇ ਨੇਕ ਕੰਮ ਕਰਦੀ ਹੈ ਜੇ ਨਹੀਂ ਪਤਾ ਤੇ ਦਾ ਟੀਵੀ ਐਨਆਰ ਆਈ ਤੁਹਾਨੂੰ ਦੱਸ ਰਿਹਾ ਸੁਣ ਲਓ ਮੈਂ ਜੀ ਬੇਟੀਆਂ ਫਾਊਂਡੇਸ਼ਨ ਤੋਂ ਜ਼ਿਲ੍ਹਾ ਡਿਸਟ੍ਰਿਕਟ ਗੁਰਦਾਸਪੁਰ ਦੀ ਪ੍ਰੈਜ਼ੀਡੈਂਟ ਆ ਔਰ ਹੁਣ ਮੈਂ ਇੱਕ ਆਪਣਾ ਪੰਜਾਬੀ ਟੀਵੀ ਸਟਾਰਟ ਕੀਤਾ ਆ ਵਿਸ਼ਵ ਪੰਜਾਬੀ ਟੀਵੀ ਉਹਦੀ ਮੈਂ ਇਨਚਾਰਜ ਆ ਮੈਂ ਫੇਰ ਕਹਿੰਨੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਅੱਛੇ ਸਮਾਜ ਸੇਵੀ ਆ ਜਿਨ੍ਹਾਂ ਨੇ 1 ਰੁਪਿਆ ਗਰ ਇਹਨਾਂ ਨੇ ਭੇਜਿਆ ਤੇ ਵਿੱਚ ਅਸੀਂ ਚਵਾਨੀ ਪਾ ਕੇ ਕਿਸੇ ਦੀ ਹੈਲਪ ਕੀਤੀ ਸਾਰੇ ਜਣੇ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਹੋਏ ਨੇ ਸਾਨੂੰ ਬਗੈ ਸਿੰਘ ਨੇ ਅਜ ਤੱਕ ਕੁਝ ਨਹੀਂ ਭੇਜਿਆ ਕਿਸੇ ਦੀ ਹੈਲਪ ਵਾਸਤੇ ਪਰ ਬਾਕੀ ਕੁਝ ਲੋਕ ਸਾਡੇ ਨਾਲ ਜਿਹੜੇ ਜੁੜੇ ਹੋਏ ਸੀਗੇ ਪੂਰੇ ਲਾਕਡਾਊਨ ਦੇ ਵਿੱਚ ਤਿੰਨ ਚਾਰ ਮਹੀਨੇ ਤੋਂ ਜਿਹੜਾ ਸਾਨੂੰ ਕਾਫੀ ਸਾਨੂੰ ਹੈਲਪ ਮਿਲੀ ਔਰ ਅਸੀਂ ਕਾਫੀ ਸੇਵਾ ਕੀਤੀ ਲੋਕਾਂ ਦੀ ਜਿੰਨੇ ਜੋਗੇ ਅਸੀਂ ਹੈਗੇ ਸੀਗੇ ਹੁਣ ਵੀ ਅਗਰ ਕਿਸੇ ਬੱਚੀ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਸਾਡੇ ਹੀ ਇਹ ਪੂਰੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਹਦੇ ਨਾਲ ਖੜੇ ਹੋਈਏ ਅਸੀਂ ਉਹਦੇ ਨਾਲ ਜੇ ਰਾਜਵਿੰਦਰ ਜੀ ਜੇ ਪ੍ਰਪ੍ਰਿਤੀ ਕਿਸੇ ਪਰਿਵਾਰਕ ਲੇਡੀਜ਼ ਨੂੰ ਤੁਹਾਡੀ ਜ਼ਰੂਰਤ ਪੈ ਜਾਵੇ ਤਾਂ ਤੁਸੀਂ ਗੁੱਸਾ ਤੇ ਨਹੀਂ ਕਰੋਗੇ ਜਦਾਂ ਨੂੰ ਮਦਦ ਦੀ ਲੋੜ ਪੈ ਜਾਂਦੀ ਹੈ ਵੀ ਤੂੰ ਤੇ ਮੇਰੇ ਵੀਰ ਦੇ ذریعے ਸਾਡੇ ਤੇ ਹੀ ਉਂਗਲ ਚੱਕੀ ਸੀ ਮੈਂ ਤੁਹਾਡੇ ਪਰਿਵਾਰ ਦੀ ਕਿਸੇ ਧੀ ਦੀ ਮਦਦ ਨਹੀਂ ਕਰਨੀ ਐਦਾਂ ਦੀ ਕੋਈ ਗੱਲ ਬਿਲਕੁਲ ਨਹੀਂ ਜੀ ਮੇਰੇ ਲਈ ਔਰਤ ਬੜੀ ਇੱਜ਼ਤ ਰੱਖਦੀ ਆ ਔਰ ਪ੍ਰਾਪ੍ਰਿਤ ਤੇ ਕੀ ਹੋਵੇ ਕੋਈ ਵੀ ਦੁਨੀਆ ਦੀ ਔਰਤ ਆ ਕੇ ਮੇਰੇ ਕੋਲੋਂ ਮਦਦ ਮੰਗੇਗੀ ਤੇ ਮੈਂ ਉਹਦੇ ਨਾਲ ਆਪਣੀ ਜਾਨ ਵੀ ਦੇਣ ਤੱਕ ਜਾਵਾਂਗਾ ਜੇ ਬਿਲਕੁਲ ਰਾਜਵਿੰਦਰ ਦਾ ਪੱਖ ਬੜਾ ਕਲੀਅਰ ਤੇ ਬੜਾ ਸਾਫ ਹੈ ਰਾਜਵਿੰਦਰ ਦੇ ਇੱਕੀ ਗੱਲ ਕਹਿਣਾ ਹੈ ਕਿ ਭਾਵੇਂ ਦੁਸ਼ਮਣ ਦੀ ਵੀ ਬੱਚੀ ਕਿਉਂ ਨਾ ਹੋਵੇ ਆਪਣੀ ਬੱਚੀ ਸਮਝ ਕੇ ਉਹਦੀ ਮਦਦ ਕਰਨਗੇ ਆਪਣੀ ਭੈਣ ਸਮਝ ਕੇ ਮਦਦ ਕਰਨਗੇ ਸੋ ਕਿਤੇ ਨਾ ਕਿਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਤੁਸੀਂ ਜੇਕਰ ਵਦਿਸ਼ਾਂ ਦੇ ਵਿੱਚ ਬੈਠੇ ਪੋਲੇ ਪਾਲੇ ਲੋਕ ਉੱਥੋਂ ਦਾ ਇੱਕ ਰੀਤ ਇੱਕ ਰਸਮ ਹੈ ਕਿ ਆਪਣਾ ਦਸਵੰਦ ਹਰ ਇੱਕ ਬੰਦਾ ਜ਼ਰੂਰ ਕੱਢਦਾ ਹੈ ਔਰ ਉਹ ਦਸਵੰਦ ਨੇਕ ਕੰਮਾਂ ਵਾਸਤੇ ਜਾਂਦੇ ਨੇ ਕੀ ਉਹਨਾਂ ਦਾ ਲੱਗ ਜਾਵੇ ਪਰ ਕੁਝ ਲੋਕਾਂ ਦੀ ਐਕਟਿੰਗ ਹੀ ਏਡੀ ਜ਼ਬਰਦਸਤ ਹੈ ਅਲਫਾਜ਼ ਹੀ ਏਡੀ ਜ਼ਬਰਦਸਤ ਨੇ ਔਰ ਜਦੋਂ ਆਵਾਜ਼ ਕੱਢਦੇ ਨੇ ਅ ਅਪੀਲ ਵਾਸਤੇ ਪੈਸੇ ਮੰਗਣ ਵਾਸਤੇ ਤਾਂ ਯਕੀਨ ਮੰਨੋ ਐਦਾਂ ਲੱਗਦਾ ਹੈ ਕਿ ਜਿਵੇਂ ਬਹੁਤਾ ਹੀ ਵਿਰਾਗ ਹੈ ਤੇ ਬੜੀ ਸੱਚਾਈ ਜੀ ਹੈ ਉਹਨਾਂ ਦੀ ਜ਼ੁਬਾਨ 'ਚ ਯਾਨੀ ਕਿ ਐਕਟਿੰਗ ਬਾ ਕਮਾਲ ਔਰ ਅਤ ਦੀ ਜੇ ਤਾਂ ਕਹੀ ਨਾ ਜੇਕਰ ਉਹ ਫਿਲਮੀ ਕਿਸੇ ਜਗ੍ਹਾ 'ਚ ਚਲੇ ਜਾਣ ਮੈਨੂੰ ਮਹਾਰਾਜੀ ਪੂਰੀ ਕਰਨਾ ਜੇਕਰ ਕਿਤੇ ਉਹ ਫਿਲਮ ਜਗਤ ਦੇ ਵਿੱਚ ਚਲੇ ਜਾਣ ਤਾਂ ਸੈਡ ਰੋਲ ਉਹਨਾਂ ਨੂੰ ਬਹੁਤ ਜ਼ਿਆਦਾ ਮਿਲਣਗੇ ਬੜੇ ਵਧੀਆ ਕੰਮ ਕਰਦੇ ਨੇ ਉਹ ਲੋਕ ਇਕ ਗੱਲ ਮੈਂ ਹੋਰ ਕਹਿਣਾ ਚਾਹਨੀ ਆ ਕਿ ਜਿਹੜਾ ਸੇਵਾ ਦਾ ਪੈਸਾ ਆ ਨਾ ਇਹ ਗੰਦ ਖਾਣ ਦੇ ਬਰਾਬਰ ਆ ਜੀ ਸੇਵਾ ਦਾ ਪੈਸਾ ਕੋੜ ਦਿੰਦਾ ਆ ਬੰਦੇ ਨੂੰ ਸੇਵਾ ਦਾ ਪੈਸਾ ਬੰਦੇ ਨੂੰ ਜ਼ਿੱਲਤ ਦਿੰਦਾ ਆ ਜੀ 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 ਸੇਵਾ ਦਾ ਪੈਸਾ ਖਾਣਾ ਇੱਕ ਗੰਦ ਖਾ ਲੋ ਉਹਦੇ ਬਰਾਬਰ ਜੀ ਕਹਿੰਦਾ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਸੇਵਾ ਦਾ ਪੈਸਾ ਲੈਂਦਾ ਗੰਦ ਤੋਂ ਭਾਵ ਉਹ ਸੂਰ ਹੋਏਗਾ ਜਿਹੜਾ ਸੰਗਤ ਦੇ ਗੰਦ ਤੇ ਉਹੀ ਹੋਏਗਾ ਨਾ ਬਿਲਕੁਲ ਉਹ ਸੂਰ ਸਮਾਨ ਉਹ ਸੂਰ ਆ ਇਨਸਾਨ ਜਿਹੜਾ ਸੇਵਾ ਦਾ ਪੈਸਾ ਖਾਏਗਾ ਉਹ ਸੂਰਿਆ ਉਹ ਗੰਦ ਖਾਏਗਾ ਕਿਉਂਕਿ ਸੂਰ ਗਾਂਧੀ ਖਾਂਦਾ ਹੈ ਬਿਲਕੁਲ ਜੀ ਵੇਖ ਲਓ ਬੜਾ ਕਲੀਅਰ ਹੋ ਗਿਆ ਜਿਹੜੇ ਤੇ ਹੋਣਗੇ ਸੇਵਾਦਾਰ ਉਹ ਤੇ ਰੱਬ ਦੇ ਪਿਆਰੇ ਹੋਣਗੇ ਲੇਕਿਨ ਜਿਹੜੇ ਸੇਵਾ ਦੇ ਪੈਸੇ ਨੂੰ ਡਕਾਰ ਜਾਣਗੇ ਖਾ ਜਾਣਗੇ ਚੰਗੇ ਕੱਪੜੇ ਟੌਪ ਤੇ ਸੋਹਣੀ ਗੱਡੀ ਲੈਣਗੇ ਤਾਂ ਉਹਨਾਂ ਦਾ ਜ਼ਿਕਰ ਇਹਨਾਂ ਨੇ ਤੁਲਨਾ ਕਰ ਦਿੱਤੀ ਉਹਨਾਂ ਦੀ ਤੁਲਨਾ ਕਿਹਨਾਂ ਦੇ ਨਾਲ ਹੋਗੀ ਪਰ ਇਹਦੇ ਨਾਲ ਹੀ ਰਾਜਵਿੰਦਰ ਜੀ ਤੁਸੀਂ ਅੱਜ ਬਹੁਤ ਵੱਡੀ ਸੱਚਾਈ ਜਿਹੜੀ ਹੈ ਦਰਸ਼ਕਾਂ ਦੇ ਸਾਹਮਣੇ ਰੱਖੀ ਹੈ ਔਰ ਉਮੀਦ ਕਰਦੇ ਹਾਂ ਬਗੇਲ ਸਿੰਘ ਔਰ ਪ੍ਰਪਰੀ ਸਿੰਘ ਤੁਹਾਡੀ ਆਪਣੀ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਦੋਹਾਂ ਭਰਾਵਾਂ ਦੀ ਤੁਹਾਡੀ ਜਿਹੜੀ ਲੜ ਭਰਾਵਾਂ ਦੀ ਇੱਕ ਦੂਜੇ ਨਾਲ ਨੋਕ ਚੁੱਕ ਹੁੰਦੀ ਰਹਿੰਦੀ ਹੈ। ਤੋਂ ਵਦੇਸ਼ਾਂ 'ਚ ਤੁਸੀਂ ਬੈਠੇ ਹੋ। ਬਿਹਤਰ ਪ੍ਰਬਿਖ ਦੇ ਲਈ ਪੰਜਾਬ ਦੇ ਬਿਹਤਰ ਪ੍ਰਬਿਖ ਦੇ ਲਈ ਆਪਾਂ ਆਪਣੇ ਪਿੰਡਾਂ ਦੇ ਬਿਹਤਰ ਪ੍ਰਬਿਖ ਦੇ ਲਈ ਆਪਾਂ ਆਪਣੇ ਪਰਿਵਾਰਾਂ ਦੇ ਬਿਹਤਰ ਪ੍ਰਬਿਖ ਦੇ ਲਈ ਤੁਸੀਂ ਲੜਾਈ ਲੜੋ। ਔਰ ਰਹੀ ਗੱਲ ਇਨਸਾਫ ਦੀ ਜੇਕਰ ਬਗੇਲ ਸਿੰਘ ਜੀ ਆਪ ਜੀ ਕੋਲ ਕੋਈ ਕੁਸਤ ਸਵਾਲ ਕਰ ਰਿਹਾ ਹੈ, ਹਿਸਾਬ ਮੰਗ ਰਿਹਾ ਹੈ ਤੁਸੀਂ ਵੀ ਦਿਓ। ਔਰ ਜੇਕਰ ਪੀਪੀ ਗੋਲਡੀ ਔਰ ਪਨੀਤ ਤੋਂ ਇਲਾਵਾ ਬਾਕੀ ਸਮਾਜ ਸੇਵੀਆ ਕੋਲ ਬਗੇਲ ਸਿੰਘ ਆਵਾਜ਼ ਬਣਿਆ ਹੈ ਬਗੇਲ ਸਿੰਘ ਨੇ ਜੁਰਤ ਕੀਤੀ ਹੈ ਸੱਚ ਬੋਲਣ ਦੀ ਡਰਿਆ ਨਹੀਂ ਹੈ ਨੇ ਡਰਤਾ ਦੇ ਨਾਲ ਚੱਲ ਰਿਹਾ ਕਿਉਂਕਿ ਲੋਕ ਅਕਸਰ ਸਮਝ ਜਾਂਦੇ ਸੀ ਕਿ ਰਾਜਵਿੰਦਰ ਜੀ ਕਿ ਸ਼ਾਇਦ ਇੱਕ ਦੋ ਦਿਨ ਕੋਈ ਬੋਲੇਗਾ ਉਹਦੇ ਬਾਅਦ ਖਤਮ ਹੋ ਜੇਗੀ ਕਹਾਣੀ ਇਹ ਮੁੱਕ ਜਾਣੀ ਹੈ ਲੋਕੀ ਭਲੱਕੜ ਦੇ ਚੇਤਾ ਭਲਾ ਦਿੰਦੇ ਨੇ ਪਰ ਕਿਤੇ ਨ ਕਿਤੇ ਬਗੇਲ ਸਿੰਘ ਦੀ ਆਵਾਜ਼ ਤੋਂ ਬਾਅਦ ਜਿਹੜੇ ਲੋਕ ਦਾਨ ਕਰਦੇ ਸੀ ਉਹਨਾਂ ਨੇ ਬ੍ਰੇਕਾਂ ਲਾ ਦਿੱਤੀਆਂ ਦਾਨ ਆਣਾ ਬੰਦ ਹੋ ਚੁੱਕਾ ਹੈ ਔਰ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਹੁਣ ਅੱਖਾਂ ਕੱਢਣ ਡਿਆ ਪਈਆਂ ਨੇ ਉਹਨਾਂ ਦੇ ਕੋਲ ਜਦੋਂ ਕੋਈ ਜਾਂਦਾ ਹੈ ਮਦਦ ਦੇ ਲਈ ਅਕੋ ਕਹਿ ਦਿੰਦੇ ਨੇ ਕਿ ਹੁਣ ਕਾਦੀ ਮਦਦ ਹੋਂਡੀ ਆਉਂਦਾ ਸਾਨੂੰ ਕੁਝ ਵੀ ਹੁਣ ਜਿੰਨਾ ਕਰ ਰਿਹਾ ਕਿਉਂਕਿ ਕਾਰਨ ਹੈ ਕਿ ਆਦ ਰਿਹਾ ਪਰ ਉਹਨਾ ਕਰ ਰਿਹਾ ਵਾ ਵੀ ਉਹਨਾਂ ਦੇ ਆਪਣੇ ਨਿੱਜੀ ਖਰਚੇ ਪੂਰੇ ਨਹੀਂ ਹੋ ਰਹੇ ਸੋ ਬਗੇਲ ਸਿੰਘ ਦਾ ਚੰਗਾ ਕਦਮ ਹੈ ਪਰ ਕਿਤੇ ਨਾ ਕਿਤੇ ਪ੍ਰਪਰੀ ਸਿੰਘ ਜਿਹੜੇ ਆ ਉਹਨਾਂ ਨੇ ਉਹਨਾਂ ਤੇ ਨਿੱਜੀ ਹਮਲਾ ਕੀਤਾ ਜਿਸ ਦਾ ਜਵਾਬ ਬਗੇਲ ਸਿੰਘ ਦੀ ਪੈਣ ਰਾਜਵਿੰਦਰ ਕੌਰ ਨੇ ਦਿੱਤਾ ਹੈ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਾਂ ਟੀਵੀ ਐਨ ਆਰ ਆਈ ਦੇ ਉੱਪਰ ਪ੍ਰਪਰੀਤ ਨੂੰ ਵੀ ਪ੍ਰਪਰੀ ਸਿੰਘ ਸਿੱਧੂ ਨੂੰ ਵੀ ਔਰ ਨਾਲ ਦੀ ਨਾਲ ਬਗੇਲ ਸਿੰਘ ਉਹਨਾਂ ਨੂੰ ਵੀ ਆਪਣੇ ਚੈਨਲ ਦੇ ਉੱਪਰ ਬਿਠਾ ਕੇ ਅਸੀਂ ਚਰਚਾ ਉਹਨਾਂ ਦੇ ਨਾਲ ਜ਼ਰੂਰ ਕਰਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੀ ਆਪ ਜੀ ਦਾ ਵੀ ਧੰਨਵਾਦ ਦਰਸ਼ਕੋ ਮਿਹਰਬਾਨੀ 51 ਘੰਟਿਆਂ ਦੇ ਅੰਦਰ ਹਰ ਸਮੱਸਿਆ ਦਾ ਹੱਲ ਚਾਹੁੰਦੇ ਹੋ ਤਾਂ ਰੁਕੋ ਇੱਧਰ ਉੱਧਰ ਨਾ ਪਟਕੋ ਕਿਉਂਕਿ ਆ ਗਏ ਨੇ ਮੌਲਵੀ ਰਿਆਜ਼ ਖਾਨ ਜੀ ਜੀ ਹਾਂ ਮੌਲਵੀ ਰਿਆਜ਼ ਖਾਨ ਜੀ ਇਲਮਾ ਦੇ ਬਾਦਸ਼ਾਹ ਹਨ ਸੱਟਾ ਨੰਬਰ ਇੰਟਰ ਕਾਸਟ ਲਵ ਮੈਰिज પતિ ਪਤਨੀ ਦੇ ਵਿੱਚ ਅਨਵੰਨ ਵਿਦੇਸ਼ ਚ ਪੱਕਾ ਹੋਣਾ ਚਾਹੁੰਦੇ ਹੋ ਜਾਂ ਕਾਰੋਬਾਰ ਨਹੀਂ ਚੱਲ ਰਿਹਾ ਏ ਤੇ ਅੱਜ ਹੀ ਯਾਦ ਕਰੋ ਮੌਲਵੀ ਰਿਆਜ਼ ਖਾਨ ਜੀ ਨੂੰ ਨੰਬਰ ਨੋਟ ਕਰੋ 9915703863 ਤੇ